ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਦੀ ਸਬਜ਼ੀ ਮੰਡੀ 'ਚ ਮੌਜੂਦ ਹੈ ਤੇ ਗੱਲਬਾਤ ਕਰਾਂਗੇ ਸਬਜ਼ੀ ਦੇ ਵੱਧਦੇ ਹੋਏ ਰੇਟਾਂ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ। ਆਓ ਫਿਰ ਚੱਲਦੇ ਕਰਦੇ ਹਾਂ ਗੱਲਬਾਤ ਬਠਿੰਡਾ ਦੇ ਲੋਕਾਂ ਨਾਲ। ਅੰਕਲ ਜੀ, ਸਬਜ਼ੀ ਲੈਣ ਆਏ ਹੋ? ਹਾਂਜੀ ਹਾਂਜੀ, ਸਬਜ਼ੀ ਲੈਣ ਆਏ। ਇਲੈਕਸ਼ਨ ਟੱਪਿਆ ਲੋਕ ਸਭਾ ਦਾ ਤੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਹੈ ਤੇ ਜਿਹੜੇ ਸਬਜ਼ੀਆਂ ਦੇ ਰੇਟ ਆ ਉਹ ਵੱਧ ਚੁੱਕੇ ਆ, ਕੀ ਕਹਿਣਾ ਚਾਹੋਗੇ? ਸਬਜ਼ੀਆਂ ਦੇ ਰੇਟ ਤੇ ਦੇਖੋ ਜੀ, ਜਿਹੜਾ ਪੈਸਾ ਖਰਚ ਹੋਇਆ ਨਜਾਇਜ਼ ਇਲੈਕਸ਼ਨਾਂ ਤੇ, ਉਹ ਰਿਕਵਰ ਤੇ ਕਰਨਾ ਹੀ ਇਹਨਾਂ ਨੇ। ਉਹ ਤੇ ਆ ਵੀ ਹੁਣ ਜਿਵੇਂ ਮਤਲਬ ਜਿਹੜਾ ਪ੍ਰੋਡਿਊਸਰ ਆ ਉਹਨੂੰ ਕੁਛ ਨਹੀਂ ਮਿਲਣਾ, ਜਿਹੜਾ ਖਪਤਕਾਰ ਆ ਉਹਨੂੰ 3-4 ਗੁਣਾ ਵੱਧ ਦੇਣੇ ਪੈਣੇ। ਤੇ ਕੁਦਰਤੀ ਗੱਲ ਹੁਣ ਇਲੈਕਸ਼ਨ ਹੋਈ ਆ, ਇਲੈਕਸ਼ਨ ਦੇ ਉੱਤੇ ਮਤਲਬ ਕੋਈ ਹਿਸਾਬ ਕਿਤਾਬ ਹੀ ਨਹੀਂ ਵੀ ਕਿੰਨਾ ਖਰਚਾ ਹੋਇਆ ਹੋਣਾ, ਤੇ ਉਹ ਖਰਚਾ ਹੁੰਦਾ 2 ਨੰਬਰ 'ਚ ਤੇ 2 ਨੰਬਰ 'ਚ ਹੀ ਰਿਕਵਰ ਹੋਣਾ। ਹੁਣ ਅੰਕਲ ਜੀ, ਗੱਲ ਕਰੀਏ ਆਮ ਨਾਗਰਿਕ ਦੀ, ਜਿਹੜੀ ਇਨਕਮ ਹੈ, ਇਨਕਮ ਦੇ ਸੋਰਸ ਹੈ ਉਹ ਬਹੁਤ ਘੱਟ ਹੋ ਰਹੇ ਹੈਗੇ ਆ ਤੇ ਦਿਨੋ ਦਿਨ ਜਿਹੜੀ ਮਹਿੰਗਾਈ ਹੈ ਉਹ ਆਮ ਨਾਗਰਿਕ ਤੇ ਪੈ ਰਹੀ ਹੈਗੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤੇ ਹੁਣ ਗੌਰਮੈਂਟਾਂ ਨੇ ਨਾ, ਗੌਰਮੈਂਟਾਂ ਜੇ ਤੇ ਕੋਈ ਤਰਸ ਕਰਨ ਪਬਲਿਕ ਤੇ ਵੀ ਯਾਰ ਇਹ ਬੰਦੇ ਜਿਹੜੇ ਆ ਰੋਟੀ ਖਾਣ ਜੋਗੇ ਤੇ ਰਹਿਣ ਦੀ, ਰੋਟੀ ਖਾਣ ਜੋਗੇ ਵੀ ਨਹੀਂ ਰਹਿਣ ਦੇ ਰਹੇ। ਮਤਲਬ ਇਨਕਮ ਤੇ ਦੇਖੋ ਦਿਨੋ ਦਿਨ ਘੱਟ ਰਹੀ ਆ, ਕੋਈ ਨੌਕਰੀਆਂ ਸਰਕਾਰੀ ਨਹੀਂ, ਜਿਹੜੇ ਪ੍ਰਾਈਵੇਟ ਨੌਕਰੀਆਂ ਨੇ ਉਹਦੇ 'ਚ ਤੁਸੀਂ ਇਹ ਦੇਖ ਲਓ ਵੀ ਉਹ ਵੀ ਸ਼ੋਸ਼ਣ ਕਰਦੇ ਆ। ਡਿਗਰੀਆਂ ਕੀਤੀਆਂ ਨੇ, ਮਤਲਬ ਐਮ ਟੈਕ ਕੀਤੀ ਆ, ਬੀ ਟੈਕ ਕੀਤੀ ਆ ਮੁੰਡਿਆਂ ਨੇ, 10-10 ਹਜ਼ਾਰ ਰੁਪਏ ਤੇ ਉਹ ਮਤਲਬ ਨੌਕਰੀ ਤੇ ਲੱਗ ਕੇ ਕੀ ਕਰ ਲੈਣਗੇ ਉਹ? ਫਿਰ ਆਉਂਦੇ ਜੀ ਬਾਹਰ ਨੂੰ ਕਿਉਂ ਭੱਜਦੇ, ਬਾਹਰ ਕੀ ਕਰਨ ਲੋਕ? ਮਤਲਬ ਇਹ ਮਤਲਬ ਪਤਾ ਨਹੀਂ ਕੀ ਪ੍ਰੋਗਰਾਮ ਆ ਸਰਕਾਰਾਂ ਦਾ, ਇਹ ਇੱਕ ਪਲੈਨਿੰਗ ਦੇ ਤਹਿਤ ਮਤਲਬ ਜਿਹੜਾ ਬ੍ਰੇਨ ਆ ਇੰਡੀਆ ਦਾ ਉਹਨੂੰ ਡਰੇਨ ਕਰ ਰਹੇ ਆ, ਔਰ ਪਤਾ ਨਹੀਂ ਇੱਥੇ ਕੀ ਕਰਨਾ ਇਹਨਾਂ ਨੇ, ਕੀ ਨੇ ਸਾਡੇ ਸਮਝੋ ਬਾਹਰ ਆ ਜੀ। ਅੰਕਲ ਜੀ, ਅਸੀਂ ਜਿਹੜੇ ਸਬਜ਼ੀ ਦੀਆਂ ਇੱਥੇ ਦੁਕਾਨਾਂ ਲਾਈਆਂ ਹੋਈਆਂ ਵਿਅਕਤੀਆਂ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ, ਅਸੀਂ ਵੀ ਕਹਿੰਦੇ ਸਾਡੀ ਗਾਹਕੀ ਵੀ ਬਹੁਤ ਜਿਹੜੀ ਘੱਟ ਗਈ ਹੈਗੀ ਹੈ, ਜਿਹੜੀ ਸਬਜ਼ੀ ਦੇ ਰੇਟ ਇਸ ਟਾਈਮ ਕੋਈ 50 ਰੁਪਏ ਕਿਲੋ, 60 ਰੁਪਏ ਕਿਲੋ, 70 ਰੁਪਏ ਕਿਲੋ ਦੇ ਕਰੀਬ ਚੱਲ ਰਿਹਾ ਹੈਗਾ। ਆਮ ਨਾਗਰਿਕ ਜਿਹੜਾ ਕਿਲੋ ਸਬਜ਼ੀ ਲੈ ਕੇ ਜਾਂਦਾ ਸੀ ਉਹ ਕਹਿੰਦੇ 5 ਸਬਜ਼ੀ ਲੈ ਕੇ ਜਾਂਦਾ ਜਾਂ ਅੱਧਾ ਕਿਲੋ ਲੈ ਕੇ ਜਾ ਰਿਹਾ, ਕੀ ਕਹਿਣਾ ਚਾਹੋ? ਨਹੀਂ, ਇਹ ਬਿਲਕੁਲ ਮੇਰੇ ਤੇ ਲਾਗੂ ਹੋ ਰਹੀ ਹੈ ਜੀ। ਮੈਂ ਆਪ ਖੁਦ ਅੱਜ ਮਤਲਬ ਤਕਰੀਬਨ ਅੱਧੀ ਸਬਜ਼ੀ ਲੈ ਰਿਹਾ ਜੀ, ਮਤਲਬ ਮੈਂ ਮੀਡੀਅਮ ਦਰਜੇ ਜੇ ਦਾ ਜਾਂ ਲੋਅਰ ਮੀਡੀਅਮ, ਤੇ ਇਹਦੇ ਬਾਵਜੂਦ ਮੇਰੇ ਤੇ ਇਫੈਕਟ ਪੈ ਰਿਹਾ ਵੀ ਸਬਜ਼ੀ ਜਦੋਂ ਦੇਖਿਆ 50 ਰੁਪਏ ਕਿਲੋ ਗੰਢੇ, ਅਜੇ ਤੇ ਇਲੈਕਸ਼ਨ ਤੋਂ ਬੰਦ ਹੀ ਨਹੀਂ ਹੋਈ ਤੇ 1 ਮਿੰਟ ਦੇ ਵਿੱਚ ਹੀ ਫਰਕ ਪੈ ਗਿਆ। ਇਹ ਜਿਹੜੇ ਗੰਢੇ ਆ, ਪਿਆਜ਼ ਆ, ਇਹ ਜ਼ਿਮੀਦਾਰ ਨੂੰ ਤੁਸੀਂ ਕਿੰਨੇ ਦਿੱਤੇ ਹੋਣਗੇ? 10 ਰੁਪਈਏ ਨਾਲ ਦਿੱਤੇ, 10 ਵੀ ਨਹੀਂ ਦਿੱਤੇ ਹੋਣੇ ਕਿਲੋ ਦੇ। ਜਿਹੜੇ 40 ਰੁਪਈਏ ਆ ਉਹ ਮੀਡੀਏਟਰ ਖਾ ਰਿਹਾ ਔਰ ਖਾ ਰਿਹਾ ਸਰਕਾਰਾਂ ਦੇ ਮਤਲਬ ਮਿਲੀ ਭੁਗਤਣਾ। ਇਹਦੇ 'ਚ ਹੁਣ ਮਤਲਬ ਜਿਹੜਾ ਗਾਹਕ ਆ ਉਹਨੇ ਤੇ ਵਿਚਾਰੇ ਨੇ ਹੁਣ ਤਰਲੇ ਮਾਰ ਕੇ ਕਰਨਾ ਹੀ ਹੈ ਨਾ, ਜਿੱਥੇ ਮਤਲਬ ਅੱਗੇ ਆਰਾਮ ਨਾਲ ਕੌਲੀ ਭਰ ਕੇ ਸਬਜ਼ੀ ਦੀ ਖਾ ਲੈਂਦਾ, ਹੁਣ ਘੱਟ ਖਾ ਲੂ। ਜਿਹੜੇ ਉਹ ਵੀ ਵਿਚਾਰੇ ਹੈਗੇ ਆ ਜਿਨ੍ਹਾਂ ਕੋਲ ਸਬਜ਼ੀ ਅਫੋਰਡ ਹੀ ਨਹੀਂ ਕਰ ਸਕਦੇ, ਇੱਦਾਂ ਦੀ ਦੁਨੀਆ ਬਥੇਰੀ ਆ। ਜਿਹੜੇ ਆ ਦਿਹਾੜੀਦਾਰ, ਇਹਨਾਂ ਨੂੰ ਦਿਹਾੜੀ ਨਹੀਂ ਮਿਲਦੀ, ਇੰਨੀ ਗਰਮੀ ਦੇ ਵਿੱਚ ਦਿਹਾੜੀ ਕਰਨੀ ਵੀ ਕਿਹੜੀ ਸੌਖੀ ਹੈ ਜੀ। ਜੀ, ਗੱਲ ਕਰੀਏ ਇਹ ਇੰਨੀ ਮਹਿੰਗਾਈ ਜਿਹੜੀ ਹੋ ਰਹੀ ਹੈ, ਇਸ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਜ਼ਿੰਮੇਵਾਰ ਤਾਂ ਸਰਕਾਰ ਡਾਇਰੈਕਟ ਹੈ ਜੀ, ਇਹਦੇ 'ਚ ਕੀ ਸ਼ੱਕ ਆ? ਜ਼ਿੰਮੇਵਾਰ ਤਾਂ ਸਰਕਾਰ ਹੀ ਹੁੰਦੀ ਆ, ਸਰਕਾਰ ਬਣੀ ਹੁੰਦੀ ਆ ਲੋਕਾਂ ਵਾਸਤੇ, ਲੋਕਾਂ ਲਈ, ਲੇਕਿਨ ਇਹ ਲੋਕਾਂ ਵਾਸਤੇ ਲੋਕਾਂ ਲਈ ਨਹੀਂ ਹੈਗੀ। ਪਰ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀਆਂ ਹੈਗੀਆਂ ਵੀ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ, ਆਮ ਨਾਗਰਿਕ ਲਈ ਕੰਮ ਕਰ ਰਹੇ ਹਾਂ। ਉਹ ਦਾਅਵੇ ਵੀਰੇ ਕਾਕੇ ਗੱਲ ਆ ਵੀ ਦਾਅਵੇ ਕਰਨ 'ਚ ਤੇ ਕੁਛ ਲੱਗਦਾ ਨਹੀਂ, ਦਾਅਵੇ ਕਰਨ 'ਚ ਤੇ ਮੈਂ ਕਰੀ ਜਾਂਦਾ ਜੀ, ਮੈਂ ਮੈਨੂੰ ਮਤਲਬ ਪ੍ਰਧਾਨ ਮੰਤਰੀ ਬਣਾ ਦਿਓ, ਮੈਂ ਕਰ ਦੂੰ। ਜਦੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜਾਂਦਾ ਬੰਦਾ ਉਦੋਂ ਪਤਾ ਲੱਗਦਾ ਵੀ ਉਹਦਾ ਬਿਹੇਵ ਕਿਹੋ ਜਿਹਾ ਲੋਕਾਂ ਵਾਂ। ਲੋਕਾਂ ਨੂੰ ਤੇ ਤਕਰੀਬਨ ਪਿਛਲੇ ਵੇਖ ਲਓ ਵੀ ਮੈਂ ਤੇ ਜਦੋਂ ਦਾ ਦੇਖਦਾ ਵਾਂ ਮਾਰ ਹੀ ਪੈ ਰਹੀ ਆ, ਮਾਰ ਹੀ ਪੈ ਰਹੀ ਆ, ਇਨਕਮਾਂ ਘੱਟ ਰਹੀਆਂ ਨੇ।
ਤੇ ਮਹਿੰਗਾਈ ਵਧੀ ਜਾਂਦੀ ਆ, ਬੰਦੇ ਦੇ ਪੱਲੇ ਕੱਖ ਨਹੀਂ, ਆਮ ਬੰਦੇ ਦੇ ਪੱਲੇ ਕੱਖ ਨਹੀਂ, ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕੋਈ ਵੀ ਕੀ ਬਣੀ ਜਾਂਦਾ, ਕਿੰਨੇ ਲੱਖਾਂ ਕਰੋੜ ਰੁਪਈਆ ਜਿਹੜਾ ਬੈਂਕਾਂ ਦਾ ਮਾਫ਼ ਹੋ ਗਿਆ। ਇੱਕ ਜ਼ਿਮੀਂਦਾਰ ਜਾਂ ਮੇਰੇ ਵਰਗੇ ਨੇ ਕਿਤੇ 10,000 ਰੁਪਈਆ ਲਿਆ ਹੋਏ ਨਾ, ਉਹਦੀ ਫੋਟੋ ਲੱਗ ਜਾਂਦੀ ਆ ਉੱਥੇ ਬੈਂਕਾਂ ਦੇ ਵਿੱਚ, ਉਹ 10,00,000 ਕਰੋੜ ਰੁਪਈਆ ਲੈ ਲੈਣ ਤੇ ਉਹਨਾਂ ਦੀ ਕੋਈ ਫੋਟੋ ਨਹੀਂ, ਉਹ ਚੜ੍ਹਦੀ ਕਲਾ ਚਾ। ਇਹ ਕਰਕੇ ਇਹੀ ਕਾਰਨ ਹੈ ਜੀ, ਮਤਲਬ ਆਮ ਬੰਦਾ ਪਿਸ ਰਿਹਾ ਜੀ। ਹੁਣ ਇਹ ਪਿਆਜ਼ ਮੈਨੂੰ ਲੱਗਦਾ ਵੀ 100-200 ਤੇ ਵੀ ਜਾ ਸਕਦੇ ਆ, ਕਿਉਂਕਿ ਪੈਸਾ ਰਿਕਵਰ ਕਰਨਾ ਨਾ ਉਹਨਾਂ, ਜਿੰਨਾ ਕੋਲ ਪੈਸਾ ਲਿਆ ਉਹਨਾਂ ਨੂੰ ਵਾਪਸ ਵੀ ਕਰਨਾ ਨਾ। ਜਿਵੇਂ ਗੱਲ ਕਰੀਏ ਕੱਦੂ ਤੋਰੀਆਂ ਦੀ, ਜਿਵੇਂ ਗਰਮੀ ਚ ਕੱਦੂ ਤੋਰੀਆਂ ਭਿੰਡੀ ਜਾਂ ਟਿੰਡੇ ਆਉਂਦੇ ਹੈਗੇ ਆ, ਪਹਿਲਾਂ ਲੋਕ ਇਹਨਾਂ ਨੂੰ ਖਾਂਦੇ ਨਹੀਂ ਸੀਗੇ, ਅੱਜ ਇਹ ਟਿੰਡੇ ਕੱਦੂ ਤੋਰੀਆਂ 100 ਰੁਪਏ ਕਿਲੋ ਤੋਂ ਘੱਟ ਨਹੀਂ, ਕੀ ਕਹਿਣਾ ਚਾਹੋਗੇ? ਦੇਖੋ ਲੋਕਾਂ ਦੀ ਮਜਬੂਰੀ ਆ ਜੀ, ਕੁਛ ਨਾ ਕੁਛ ਪੇਟ ਤੇ ਭਰਨਾ ਹੀ ਹੈ ਨਾ, ਹੁਣ ਕੀ ਕਰੂਗਾ ਪੇਟ ਨੂੰ, ਭੁੱਖੇ ਪੇਟ ਕਿੱਦਾਂ ਰਹੂਗਾ, ਕੁਛ ਨਾ ਕੁਛ ਤੇ ਖਾਣਾ ਪਊਗਾ ਨਾ। ਕਹਿਣ ਦਾ ਮੀਨਸ ਇਹ ਸੀਗਾ, ਪਿੰਡਾਂ 'ਚ ਆਮ ਆਪਣੇ ਸਬਜ਼ੀ ਹੁੰਦੀ ਸੀਗੀ ਕੱਦੂ ਤੋਰੀਆਂ, ਕੋਈ ਖਾਂਦਾ ਨਹੀਂ ਸੀਗਾ, ਅੱਜ ਇਹ ਜਿਹੜੀਆਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਵੀ ਆਮ ਨਾਗਰਿਕ ਤੋਂ ਬਾਹਰ ਹੋ ਚੁੱਕੀਆਂ ਸਬਜ਼ੀਆਂ। ਜੇ ਸਪੀਡ ਨਾਲ ਇਹ ਚੱਲ ਰਿਹਾ ਨਾ ਜੀ ਕੰਮ, ਲੋਕ ਮਤਲਬ ਮੰਗਣ ਤੇ ਮਜਬੂਰ ਹੋ ਜਾਣਗੇ। ਬਸ ਮੈਂ ਦੇਖ ਰਿਹਾ ਵੀ ਜਿਹੜੇ ਬੰਦਿਆਂ ਨੇ ਕਦੀ ਇਹ ਸੋਚਿਆ ਵੀ ਨਹੀਂ ਗਾ, ਮੈਂ ਮਤਲਬ ਜਿਹਦੇ ਸਿਰ ਤੇ ਪੱਗ ਸੀ ਨਾ ਉਹ ਬੰਦੇ ਨੂੰ ਮੈਂ ਕਦੀ ਮੰਗਦਾ ਨਹੀਂ ਵੇਖਿਆ, ਮੈਂ 2-4 ਬੰਦੇ ਮੰਗਦੇ ਵੇਖਿਆ ਜਿੰਨਾਂ ਕੋਲ, ਮੈਂ ਕਿਹਾ ਯਾਰ ਹੁਣ ਤੁਸੀਂ ਪੱਗ ਹੀ ਲਾ ਲਓ ਚੱਲ ਜੇ, ਮਤਲਬ ਤੁਸੀਂ ਮੰਗਣਾ ਹੀ ਆ। ਜੇ ਸਾਡੀ ਕੌਮ ਨੇ ਤੇ ਐਂ ਕਰਕੇ ਹੱਥ ਉੱਤੇ ਕਰਕੇ ਦੱਸਿਆ ਸੀ ਵੀ ਮੰਗਣਾ ਜਿਹੜਾ ਇਹ ਤੇ ਇਹ ਤੇ ਲਾਂ ਤੇ ਨਾ ਤਾਂ ਮਰ ਜਾਣਾ ਚੰਗਾ ਜੀ, ਮੰਗਣ ਗਿਆ ਤੇ ਸੋ ਮਰ ਗਿਆ, ਇਹ ਮਤਲਬ ਕਹਾਵਤ ਵੀ ਆ ਵੀ ਇਹ ਕਰਕੇ ਇਹ ਤੇ ਮਜਬੂਰੀਆਂ ਨਹੀਂ, ਜਿਹੜਾ ਮੰਗਦਾ ਉਹ ਕਿਹੜਾ ਸੌਖਾ ਵਿਚਾਰਾ। ਬਿਲਕੁਲ ਜੀ ਬਿਲਕੁਲ, ਅਸੀਂ ਅੰਕਲ ਜੀ ਜੋ ਇੱਥੇ ਸਬਜ਼ੀ ਮੰਡੀ ਬਠਿੰਡਾ 'ਚ ਸਬਜ਼ੀ ਖਰੀਦਣ ਆਏ ਸੀ, ਤੇ ਇਹਨਾਂ ਦਾ ਕਹਿਣਾ ਕਿ ਮਹਿੰਗਾਈ ਦੀ ਮਾਰ ਜਿਹੜੇ ਆਮ ਨਾਗਰਿਕ ਤੇ ਇੰਨੀ ਪੈ ਚੁੱਕੀ ਹੈ ਕਿ ਉਸਦਾ ਜਿਹੜਾ ਜੀਣਾ ਜਿਹੜਾ ਬਹੁਤ ਮੁਸ਼ਕਿਲ ਹੋ ਚੁੱਕਿਆ। ਇੱਥੇ ਕੁਛ ਸਬਜ਼ੀ ਦੀ ਦੁਕਾਨਾਂ ਲਗਾਈਆਂ ਹੋਈਆਂ ਸਬਜ਼ੀ ਮੰਡੀ ਬਠਿੰਡਾ 'ਚ। ਸਤਿ ਸ਼੍ਰੀ ਅਕਾਲ ਅੰਕਲ ਜੀ। ਕੀ ਨਾਮ ਹੈ ਜੀ? ਮਹਿੰਦਰ ਕੁਮਾਰ। ਮਹਿੰਦਰ ਜੀ, ਇਹ ਗੱਲ ਕਰੀਏ ਸਬਜ਼ੀ ਮੰਡੀ ਬਠਿੰਡਾ 'ਚ ਤੁਸੀਂ ਦੁਕਾਨ ਲਗਾਈ ਹੋਈ ਹੈ, ਕਿਸ ਤਰ੍ਹਾਂ ਦੀ ਗਾਹਕੀ ਚੱਲ ਰਹੀ ਹੈ? ਗਾਹਕੀ ਮੰਦੀ ਚੱਲ ਰਹੀ ਹੈ, ਸਬਜ਼ੀ ਤੇਜ਼ ਹੋਣ ਕਾਰਨ ਗਾਹਕੀ ਮੰਦੀ ਹੈ, ਕਿਉਂਕਿ ਪਹਿਲੇ ਜਿਹੜੀ ਚੀਜ਼ ਸੀਗੀ 20 ਰੁਪਏ ਕਿਲੋ, ਹੁਣ ਜਿਹੜੇ ਹੋ ਗਏ 50 ਰੁਪਏ ਕਿਲੋ ਹੋ ਚੁੱਕੀ ਹੈ ਜੀ। ਜਿਹੜੇ ਪਹਿਲੇ 20 ਰੁਪਏ ਕਿਲੋ ਚੌਲ ਲੈਂਦੇ ਨਹੀਂ ਸੀ ਲੋਕ, ਉਹ ਇਸ ਟਾਈਮ 50-45 ਰੁਪਏ ਲੈਣ ਤੋਂ ਮਜਬੂਰ ਹੈ, ਕਿਉਂ ਮਜਬੂਰੀ ਉਹਨਾਂ ਦੀ। ਤਾਂ 10 ਦਿਨ ਪਹਿਲੇ ਜੇ ਖਰਬੂਜਾ, ਉਹ ਵੀ ਖਰਬੂਜਾ ਲੈਂਦਾ ਨਹੀਂ ਸੀ ਕੋਈ, ਗਲੀਆਂ 'ਚ ਆਮ ਮਿਲ ਰਿਹਾ ਸੀ, ਹਰ ਰੇੜੀ ਭਰ ਕੇ ਫਿਰਦਾ ਸੀਗਾ, ਹੁਣ ਪਿੱਛੇ ਸਟੋਰੇਜ 40 ਰੁਪਏ ਕਿਲੋ ਹੋ ਗਿਆ ਜੀ। ਪਹਿਲੇ 15 ਰੁਪਏ ਕਿਲੋ ਵਿਕ ਰਿਹਾ ਸੀ, ਜਿਹੜਾ ਇਸ ਟਾਈਮ 40 ਰੁਪਏ ਕਿਲੋ ਵਿਕ ਰਿਹਾ। ਟਰਾਲੀਆਂ ਵਾਲੇ ਜਿਹੜੇ ਮੁਹੱਲੇ 'ਚ 100 ਰੁਪਏ ਦੇ 5 ਕਿਲੋ ਪਿਆਜ਼ ਦੇ ਰਹੇ ਸੀ, ਅੱਜ ਨਾ ਤਾਂ ਉਹ ਟਰਾਲੀਆਂ ਦਿਖ ਰਹੀਆਂ ਹੈਗੀਆਂ, ਪਿਆਜ਼ ਦੇ ਜਿਹੜੇ ਰੇਟ ਹੈ ਉਹ ਕਾਫੀ ਜਿਹੜੇ ਅੱਪ ਹੋ ਚੁੱਕੇ ਆ, ਕੀ ਕਹਿਣਾ ਚਾਹੋਗੇ? ਉਹ ਗਰਮੀ ਦੇ ਵਜ੍ਹਾ ਨਾਲ ਹੈ ਜੀ, ਗਰਮੀ ਹਰ ਵਾਰ ਪੈਂਦੀ ਹੈ, ਨਹੀਂ ਨਵੀਂ ਪੈ ਰਹੀ ਹੈ, ਗਰਮੀ ਹਰ ਵਾਰ ਪੈਂਦੀ ਹੈ, ਸੀਜ਼ਨ ਦੇ ਹਿਸਾਬ ਨਾਲ ਹੁੰਦੀ ਹੈ ਜੀ। ਹੋਰ ਵੀ ਦੁਕਾਨਦਾਰ ਇੱਥੇ ਮੌਜੂਦ ਹੈ, ਗੱਲਬਾਤ ਕਰਦੇ ਆਪਾਂ ਇਹਨਾਂ ਨਾਲ। ਸੰਜੇ ਸੰਜੇ ਜੀ, ਜੇ ਬਾਤ ਕਰੇ ਪਹਿਲੇ ਸਬਜ਼ੀ ਕੇ ਦਾਮ ਕਮ ਥੇ, ਅਬ ਜ਼ਿਆਦਾ ਹੋ ਚੁੱਕਿਆ, ਗਾਹਕੀ ਤੇ ਕਿਤਨਾ ਅਸਰ ਪੜਾ? ਕਾਫੀ ਅਸਰ ਪੜਾ, ਹਮਾਰੇ 5-5-6-6 ਕਰੋੜ ਕੱਦੂ ਲੱਗ ਜਾਤੇ, ਜਿਸ ਸਮੇਂ 2 ਕਰੋੜ ਕੱਦੂ ਵੀ ਲੱਗਣਾ, ਕਾਫੀ ਫਰਕ ਪੜਾ, ਹਰੇਕ ਸਬਜ਼ੀਓ ਪੇ ਯਹੀ ਹਾਲ, ਹਰੇਕ ਸਬਜ਼ੀ ਪੇ। ਜੈਸੇ ਅਰਬੀ ਹੋ ਗਈ, ਅਰਬੀ 70-80 ਰੁਪਏ ਕਿਲੋ ਹੋ ਗਈ, 30-40 ਰੁਪਏ ਸਟਾਰਟਿੰਗ ਥੀ, ਸਟਾਰਟਿੰਗ 40 ਰੁਪਏ ਥੀ, 30 ਰੁਪਏ ਕਿਲੋ, ਇਹ ਹਫਤੇ 10 ਦਿਨ ਕੇ ਅੰਦਰ ਰੇਟ ਮਿਲ ਜਾਵੇ। ਗਾਹਕੀ ਪੇ ਕਿਤਨਾ ਅਸਰ ਪੜਾ? ਕਿਉਂਕਿ ਦੁਪਹਿਰ ਮੇਂ ਗ੍ਰਾਹਕ ਨਿਕਲਤੇ ਨੇ, ਸ਼ਾਮ ਕੋ ਲੋਕ ਸਸਤਾ ਮੰਗਤੇ ਹੈ, ਔਰ ਹਮ ਲੋਗ ਕੀ ਸਬਜ਼ੀ ਵੀ ਬਰਬਾਦ ਹੋਤੀ ਹੈ, ਹਮ ਲੋਗ ਵੀ ਉਤਰੇ, ਐਸੇ ਹੀ ਹੋਤਾ ਹੈ, ਗਰਮੀਓ ਮੇਂ ਮਹਿੰਗਾਈ ਹੋ ਜਾਤਾ ਹੈ। ਧਨੀਆ ਪਿਛਲੇ ਵੇ 10 ਰੁਪਏ ਕਿਲੋ ਥੀ, ਇਸ ਸਮੇਂ 200 ਰੁਪਏ ਕਿਲੋ ਵਿਕੀ ਹੈ। ਠੀਕ ਹੈ ਅੰਕਲ ਜੀ, ਹਾਂਜੀ ਅੰਕਲ ਜੀ, ਜੇ ਗੱਲ ਕਰੀਏ ਸਬਜ਼ੀ ਦੇ ਵੱਧਦੇ ਹੋਏ ਰੇਟਾਂ ਨੂੰ ਲੈ ਕੇ ਗਾਹਕੀ 'ਚ ਕਿੰਨਾ ਅਸਰ ਪਿਆ? ਬਹੁਤ ਘੱਟ ਗਾਹਕੀ ਹੈ, ਮੈਂ ਸਬਜ਼ੀ ਖਰੀਦਦਾ ਨਹੀਂ ਗਾਹਕ, ਕਿਉਂਕਿ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਚੁੱਕੀਆਂ,
ਸਬਜ਼ੀ ਦੇ ਰੇਟ ਬਹੁਤ ਤੇਜ਼ ਹੋ ਗਏ, ਪਿੱਛੋਂ ਤੇਜ਼ ਹੈਗੇ ਆ, ਪੂਰੇ ਵੀ ਤੇਜ਼ ਹੋ ਗਏ, ਗਾਹਕ ਬਹੁਤ ਘੱਟ ਸਕਦਾ ਸਬਜ਼ੀ। ਅੰਕਲ ਜੀ ਜੇ ਗੱਲ ਕਰੀਏ ਆਮ ਨਾਗਰਿਕ ਦੀ ਜਿਹੜੀ ਇਨਕਮ ਹੈ ਉਹ ਦਿਨੋ ਦਿਨ ਘੱਟ ਹੋ ਰਹੀ ਹੈ ਤੇ ਮਹਿੰਗਾਈ ਦੀ ਮਾਰ ਉਹਨੂੰ ਦਿਨੋ ਦਿਨ ਪੈ ਰਹੀ ਹੈ, ਕੀ ਕਹਿਣਾ ਚਾਹੋਗੇ? ਸਬਜ਼ੀ ਖਰੀਦਣਾ ਨਹੀਂ ਨਾ ਗਾਹਕ, ਬੇਚਾਰਾ ਦਾਲਾਂ ਨਾਲ ਸਾਥ ਲੈਂਦਾ, ਕਿਉਂ ਕੱਦੂ ਹੈ 60 ਰੁਪਏ ਕੱਦੂ ਹੈ, 60 ਰੁਪਏ ਤੋਰੀ ਹੈ, 140 ਰੁਪਏ ਮਟਰ ਹੋਏ ਪਏ ਹੈ, 60-70 ਰੁਪਏ ਗੋਭੀ ਹੋਈ ਪਈ ਹੈ, ਖੀਰਾ 50 ਰੁਪਏ ਹੋਇਆ ਪਿਆ, ਇਸ ਕਰਕੇ ਵੀ ਨਹੀਂ ਗਾਹਕ ਖਰੀਦਦਾ ਸਬਜ਼ੀ ਘੱਟ। ਜਰਾ ਥੋੜ੍ਹਾ ਬਹੁਤ ਲੈ ਜਾਂਦੇ ਹੈ, ਜਾਂ ਕਿਲੋ ਲੈ ਜਾਂਦਾ, ਅੱਧਾ ਕਿਲੋ ਪਈਆ ਲੈ ਜਾਂਦੇ, ਕੰਮ ਚਲਦਾ ਕਮ ਹੈ, ਅਸਲ ਜ਼ਿਆਦਾ ਵੱਧ ਚੁੱਕਾ। ਸਬਜ਼ੀ ਕੇ ਰੇਟੋ ਕੀ ਬਾਤ ਕਰੇ ਤੋ ਕਿਤਨੇ ਕੁ ਦਾਮ ਬੜੇ ਹੈ ਸਬਜ਼ੀ ਕੇ? ਬਸ 10 ਰੁਪਏ 5 ਰੁਪਏ ਬੜੇ। ਇਸ ਤੇ ਗਾਹਕੀ ਕਾ ਅਸਰ ਪੜਾ? ਹਾਂ, ਗਾਹਕ ਕਾ ਅਸਰ ਪੜਾ, ਗਾਹਕ ਕਾ ਅਸਰ ਪੜਤਾ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਬੂਟਾ ਸਿੰਘ। ਬੂਟਾ ਜੀ ਜੇ ਗੱਲ ਕਰੀਏ ਸਬਜ਼ੀ ਦੇ ਜਿਹੜੇ ਰੇਟ ਹੈ ਉਹ ਅੱਪ ਹੋ ਚੁੱਕੇ ਨੇ, ਗਰਮੀ ਵੀ ਬਹੁਤ ਪੈ ਰਹੀ ਹੈਗੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਵੇਖੋ ਜੀ, ਇਹ ਜਿਹੜੀ ਗਰਮੀ ਦੇ ਕਾਰਨ ਵੱਲਾ ਮੱਚੀ ਜਾਂਦੀਆਂ ਤੇ ਸਬਜ਼ੀ ਤਿਆਰ ਨਹੀਂ ਹੋ ਰਹੀ, ਮੰਡੀ 'ਚ ਆਉਂਦੀ ਹੈ ਥੋੜ੍ਹੀ, ਉਹ ਮਹਿੰਗੀ ਆ, ਇਸ ਕਰਕੇ ਹੁਣ ਜਦੋਂ ਪਿੱਛੋਂ ਮਹਿੰਗਾ, ਹੁਣ ਕੱਦੂ 50-60 ਰੁਪਏ ਮੰਡੀ 'ਚ, ਹੁਣ ਇੱਥੇ 40 ਵੀ ਨਹੀਂ ਵਿਕਦਾ। ਆਮ ਨਾਗਰਿਕ ਹੈ ਜਿਹੜਾ, ਉਹਦੇ ਇਨਕਮ ਉਹਨੂੰ ਹੈ ਨਹੀਂ ਗੀ ਤੇ ਰੇਟ ਦਿਨੋ ਦਿਨ ਕੋਈ ਚੀਜ਼ ਸਬਜ਼ੀ ਦੇ ਲਾ ਲਓ, ਚੀ ਦੁੱਧ ਦੇ ਲਾ ਲਓ, ਚੀ ਰਾਸ਼ਨ ਦੇ ਲਾ ਲਓ, ਉਹ ਦਿਨੋ ਦਿਨ ਅੱਪ ਹੋ ਰਹੇ ਨੇ ਤੇ ਗਰੀਬ ਕਹਿ ਰਿਹਾ ਵੀ ਮੇਰਾ ਜੀਣਾ ਬਹੁਤ ਮੁਸ਼ਕਿਲ। ਇਹਦਾ ਕੋਈ ਸ਼ੱਕ ਨਹੀਂ ਗਾ ਜੀ, ਵੇਖੋ ਸਰਕਾਰਾਂ ਦੀ ਇਹ ਗਲਤੀ ਹੈ ਵੀ ਜਿਹੜਾ ਹੁਣ ਗਰੀਬ ਦੀ ਦਿਹਾੜੀ ਵੇਖ ਲਓ, ਉਹਦਾ ਖਾਣਾ ਪੀਣਾ ਵੀ ਹਰਾਮ ਹੋਇਆ ਪਿਆ, ਠੀਕ ਆ, ਤੇ ਮਹਿੰਗਾਈ ਇੰਨੀ ਆ ਵੀ ਗਰੀਬ ਬੰਦਾ 70-80 ਰੁਪਏ ਕੱਦੂ ਕਿੱਥੋਂ ਖਾ ਲਊਗਾ, ਦੱਸੋ, ਜਿਹੜੇ ਵਿਚਾਰੇ ਤੋਂ ਰੋਟੀ ਨਹੀਂ ਪੱਕਦੀ, ਇਹ ਤਾਂ ਸਰਕਾਰਾਂ ਮਾੜੀਆਂ ਸਰਕਾਰਾਂ ਦੀਆਂ ਨਿਸ਼ਾਨੀਆਂ, ਤੇ ਗਰੀਬਾਂ ਦਾ ਕੁਛ ਕਰੋ ਜੀ। ਕੀ ਤੁਹਾਨੂੰ ਲੱਗਦਾ ਵੀ ਇਸ ਤੇ ਕੋਈ ਸਰਕਾਰਾਂ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ? ਇਹ ਤਾਂ ਚਾਹੀਦਾ ਜੀ, ਇਹਨਾਂ ਨੂੰ ਵੀ ਕੋਈ ਸਹੂਲਤ ਦੇਣੀ ਚਾਹੀਦੀ ਗਰੀਬਾਂ ਨੂੰ, ਜਿਹਦੇ ਕਰਕੇ ਆਪਣਾ ਪੇਟ ਪਾਲ ਲੇ, ਆਹ ਰੋਟੀ ਪਾਣੀ ਖਾ ਲੇ। ਹੋਰ ਜਿਹੜਾ 50-60 ਰੁਪਏ ਭਿੰਡੀ ਆ, 70-80 ਰੁਪਏ ਕੱਦੂ ਆ, 100 ਰੁਪਏ ਤੋਰੀ ਹੋਈ ਪਈ ਆ, ਤੇ ਬੰਦਾ ਕਿੱਥੋਂ ਖਾ ਲਊਗਾ ਗਰੀਬ ਬੰਦੇ? ਤੁਸੀਂ ਪਹਿਲਾਂ ਸਰਕਾਰਾਂ ਨੂੰ ਆਪ ਨੂੰ ਚਾਹੀਦਾ ਵੀ ਇਹਨਾਂ ਦਾ ਕੁਛ ਨਾ ਕੁਛ ਵੀ ਕੋਈ ਨਾ ਕੋਈ ਕੋਈ ਸਹੂਲਤ ਦਿਓ ਗਰੀਬਾਂ ਨੂੰ, ਜਿਹਦੇ ਨਾਲ ਬੱਚੇ ਪਾਲੇ ਜਾਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਹੀਰਾ ਲਾਲ। ਹੀਰਾ ਲਾਲ ਜੀ, ਦੁਕਾਨ ਲਗਾਈ ਹੋਈ ਹੈ ਸਬਜ਼ੀ ਮੰਡੀ ਬਠਿੰਡਾ ਤੁਸੀਂ ਸਬਜ਼ੀ ਦੀ, ਤੇ ਜਿਹੜੇ ਸਬਜ਼ੀ ਦੇ ਜਿਹੜੇ ਰੇਟ ਹੈ ਉਹ ਕਾਫੀ ਅੱਪ ਹੋ ਚੁੱਕੇ ਨੇ, ਗਾਹਕੀ 'ਚ ਕਿੰਨਾ ਕੁ ਅਸਰ ਪਿਆ? ਗਾਹਕੀ ਹੁਣ ਮਹਿੰਗਾਈ ਸਬਜ਼ੀ ਦੀ ਹੋਈ ਹੈ ਤਾਂ ਗਾਹਕ ਘੱਟ ਗਿਆ ਮੰਡੀ 'ਚ, ਇੱਕ ਤਾਂ ਪਹਿਲੀ ਗੱਲ ਤਾਂ, ਬਾਕੀ ਕੋਈ ਮਾੜੀ ਮੋਟੀ ਮਹਿੰਗਾਈ ਹੋਰ ਸਬਜ਼ੀਆਂ ਦਾ, ਕੱਦੂ ਤੋਰੀ ਖੀਰੇ ਖੂਰੇ ਦਾ, ਇਹਨਾਂ ਦਾ ਤੇਜ਼ੀ ਤੁਜੀ ਆਈ ਹੈ। ਨਹੀਂ, ਕਿੰਨੀ ਕੁ ਤੇਜ਼ੀ ਦੀ ਗੱਲ ਕਰੀਏ ਤਾਂ ਤੋਰੀਆਂ ਕੱਦੂ ਦੀ ਤੁਸੀਂ ਗੱਲ ਕੀਤੀ ਹੈਗੀ, ਕੀ ਰੇਟ ਚੱਲ ਰਿਹਾ ਸਬਜ਼ੀ ਹੁਣ? 50-60 ਰੁਪਏ ਕਿਲੋ ਮੰਡੀ ਦਾ ਰੇਟ ਹੋਇਆ ਖੜਾ ਮੰਡੀ ਦੇ ਅੰਦਰ, ਅਸੀਂ ਵੀ ਮੰਨ ਲਓ 50 ਲਿਆ ਤੇ 60 ਵੇਚਾਂਗੇ, ਨਹੀਂ ਵਿਕਦੀ ਹੈ ਤਾਂ ਖਰਾਬ ਵੀ ਹੁੰਦੀ ਹੈ ਤੇ 40 ਵੀ ਵੇਚਣੀ ਪੈਂਦੀ ਹੈ ਜੀ। ਅੱਛਾ, ਗਾਹਕੀ ਦਾ ਅਸਰ ਕਿੰਨਾ ਕੁ ਪਿਆ? ਗਾਹਕੀ ਘੱਟ ਗਿਆ ਜੀ ਮੰਡੀ 'ਚ, ਹੁਣ ਗਾਹਕ ਘੱਟ ਆਉਂਦਾ ਹੈਗਾ, ਮੰਨ ਲਓ 500 ਰੁਪਏ ਜਿਹੜਾ ਬੰਦਾ ਦਿਹਾੜੀ ਕਮਾਉਂਦਾ ਉਹਦਾ ਪੂਰਾ ਨਹੀਂ ਪੈਂਦਾ ਹੈਗਾ, ਉਹਦੇ ਮੰਨ ਲਓ ਕਿ ਜੇ ਸਬਜ਼ੀ ਮੰਡੀ ਆ ਗਿਆ ਤਾਂ 300-400 ਰੁਪਏ ਤਾਂ ਸਬਜ਼ੀ 'ਚ ਲੱਗ ਜਾਂਦਾ ਹੈਗਾ, ਤੇ ਬਾਕੀ ਰਾਸ਼ਨ ਪਾਣੀ ਦੁੱਧ ਪਾਣੀ ਵੀ ਹੈਗਾ ਜੀ, ਤੇ ਪੂਰਾ ਤਾਂ ਨਹੀਂ ਪੈਂਦਾ 500-400 ਰੁਪਏ ਨਾਲ ਬੰਦੇ ਦਾ ਜਿਹੜੀ ਦਿਹਾੜੀ ਵਾਲੇ ਬੰਦੇ ਆ। ਅੰਕਲ ਜੀ ਜੇ ਗੱਲ ਕਰੀਏ ਵੱਧਦੇ ਹੋਏ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਬਹੁਤ ਨਜਾਇਜ਼ ਹੈ ਮਹਿੰਗੀ, 100-120 ਰੁਪਏ ਮਟਰ ਮਸੀ ਕੀ ਲਊਗਾ, 80 ਰੁਪਏ 90 ਰੁਪਏ ਗੋਭੀ, ਉਹ ਪਿਆ ਗੰਢੇ 40 ਰੁਪਏ, ਕੋਈ ਚੀਜ਼ ਲੈ ਲਓ ਜੀ ਮਹਿੰਗੀ, ਟਿੰਡੇ ਕੀ ਟਿੰਡੇ 60-70 ਰੁਪਏ ਕਿਲੋ,
ਮਹਿੰਗਾਈ ਬਹੁਤ ਜ਼ਿਆਦਾ ਹੈ ਜੀ, ਕੋਈ ਮਾੜਾ ਬੰਦਾ ਨਹੀਂ ਮਿਲ ਸਕਦਾ। ਤੁਹਾਡਾ ਕਹਿਣ ਦਾ ਮੀਨਸ ਹੈ ਵੀ ਆਮ ਨਾਗਰਿਕ ਦਾ ਜੀਣਾ ਦੁੱਭਰ ਹੋਇਆ ਪਿਆ? ਬਹੁਤ ਔਖਾ, ਬਹੁਤ ਮਾੜਾ ਬੰਦਾ ਤਾਂ ਮੈਂ ਨਹੀਂ ਸਕਦਾ, ਗਰੀਬ ਜੀ ਵਿਚਾਰਾ ਖਾਊਗਾ ਕੀ ਕਰੂਗਾ, ਇੰਨੀ ਮਹਿੰਗਾਈ ਹੈ। ਹੁਣ ਆਹ ਗੰਢੇ 20 ਰੁਪਏ ਮਸਣ ਸੀਗੇ ਅਤੇ 40 ਰੁਪਏ, ਗੋਭੀ ਮਹਿੰਗੀ ਹੈ, ਮਟਰ ਮਹਿੰਗੇ ਹੈ, ਆਹ ਫਲੀਆਂ 80 ਰੁਪਏ ਕਿਲੋ, 100 ਰੁਪਏ ਕਿਲੋ। ਅੱਜ ਆਪਾਂ ਗੱਲਬਾਤ ਕੀਤੀ ਵੱਧਦੇ ਹੋਏ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ, ਜਿਨ੍ਹਾਂ ਦਾ ਕਹਿਣਾ ਕਿ ਆਏ ਦਿਨ ਸਬਜ਼ੀ ਦੇ ਰੇਟ ਵਧਣ ਕਾਰਨ ਆਮ ਨਾਗਰਿਕ ਦਾ ਜਿਹੜਾ ਜੀਣਾ ਹੋਇਆ ਪਿਆ ਦੁੱਭਰ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।